ਕੇ ਜਾਵਾਂ, ਮੇਰੀ ਧੀ ਆ ਗਈ ਹੈ, ਲਓ ਵੀ ਚਾਰ ਚੰਦ ਲੱਗ ਗਏ ਆ ਵਿਆਹ ਨੂੰ। ਅੱਪਾ ਜੀ ਬਹੁਤ ਬਹੁਤ ਮੁਬਾਰਕ ਹੋਵੇ, ਭੈਣ ਦਾ ਵਿਆਹ ਹੋ ਰਿਹਾ। ਹਾਂ ਹੁਣ ਤੁਸੀਂ ਗੱਲ ਤੋਂ ਤੁਸੀਂ ਜਵਾਈ ਜਿਹੜਾ ਘੇੜ ਗਈ ਤੁਸੀਂ ਵੀ ਫੜ ਕੇ ਆਹੋ, ਤੁਹਾਨੂੰ ਪਤਾ ਚਾਰ ਦਿਨ ਤੋਂ ਮੈਂ ਥੱਲੇ ਕੱਢ ਕੇ ਵੀ ਲੈ ਆ ਲੈ ਆ ਲੈ। ਮੈਨੂੰ ਪਤਾ ਸੀ ਵੀ ਜਿਹੜਾ 15 ਸਾਲ ਦੀ ਨਾ ਲੈ ਕੇ ਆਇਆ ਉਹਨੇ ਹੁਣ ਵੀ ਨਹੀਂ ਲੈ ਕੇ ਆਉਣਾ, ਉਹ ਆਇਆ ਕਿ ਨਹੀਂ ਆਇਆ? ਆਇਆ ਵੀ ਜੇ ਉਹ ਤਾੜੀ ਬੜੀ ਮਿਹਰਬਾਨੀ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ। ਨਹੀਂ ਅਸੀਂ ਉਹਨੂੰ ਕੀ ਕਹਿਣਾ ਹੈ, ਬਸ ਆ ਜਾਵੇ ਉਹ। ਮੈਂ ਕਿਹਾ ਜਾਨੀ ਸਾਲਾਂ ਬਾਅਦ ਤੁਹਾਡਾ ਜਵਾਈ ਹੈ, ਸਪਰਿੰਗਾਂ ਵਾਲਾ ਸੋਫਾ ਤੇ ਬਿਠਾਤਾ ਜੇ।
ਓਏ ਨਵਾਂ ਸੋਫਾ ਲਿਆਂਦਾ ਇਹ ਜਿਵੇਂ ਮੈਨੂੰ ਸੋਫਿਆਂ ਦਾ ਪਤਾ ਨਹੀਂ ਮੈਂ ਕੰਮ ਹੀ ਸੋਫਿਆਂ ਦਾ ਕਰਨਾ ਓ ਜੀ ਨੇ ਓ ਬਹਿ ਜਾ ਪੁੱਤ ਅਮੀ ਕਰਿਆ ਕਰ ਗੁੱਸਾ ਨਾ ਕਰਿਆ ਕਰ ਵੇ ਵਿੱਚ ਬਿਠਾਦੇ ਜਿੰਨਾ ਕੁੜੀ ਵਿਆਹਣ ਲੱਗੇ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੁੰਦਾ ਤੂੰ ਇਹਦਾ ਰਿਆਜ਼ ਦਾ ਮੈਂ ਬੱਚੀ ਤੇਰੀ ਨਹੀਂ ਸੀ ਤੈਨੂੰ ਬੱਚੀ ਨਹੀਂ ਸੀ ਦੇਣੀ ਤੂੰ ਮੈਨੂੰ ਓ ਚਲੋ ਹੁਣ ਸਾਰੇ ਕੰਮ ਹੋ ਜੂਗਾ ਆ ਹੁਣ ਬਰਦਾਸ਼ਤ ਕਰੋ ਓ ਬੜਿਓ ਓ ਠੰਡੀ ਲੱਸੀ ਲਿਆਓ ਕਿਉਂ ਲੱਸੀ ਲਿਆਓ ਮੈਂ ਬੇਹੋਸ਼ ਹੋਇਆ ਲੱਸੀ ਲਿਆਓ ਕਸਮਾ ਖਦਾ ਦੀ ਬਾਜਿਆ ਵਾਲੇ ਇੱਧਰ ਉਹ ਅਸੀਂ ਮੁਲਤਾਨੋ ਕੰਜਰੀਆਂ ਮੰਗਾਈਆਂ ਨੱਚਣ ਵਾਲੀਆਂ ਮੈਂ ਕਹਿੰਦਾ ਨੱਚਣ ਵਾਲੀਆਂ ਕੰਜਰੀਆਂ ਮੁਲਤਾਨੋ ਆਈਆਂ ਹਾਂਜੀ ਇੱਕ ਘੰਟਾ ਕੰਜਰੀਆਂ ਨੱਚੀਆਂ ਨੇ ਜਦੋਂ ਨਾੜਾ ਵੇਖਿਆ ਕੰਜਰੀਆਂ ਥੱਲੇ ਬਹਿ ਗਈਆਂ ਕਹਿੰਦੇ ਕੰਜਰ ਜ਼ਰੂਰ ਆ ਪਰ ਐਡਾ ਗੰਦਾ ਕੰਮ ਨਹੀਂ ਕਰਦੇ ਓਏ ਪੁੱਤ ਤੂੰ ਉੱਥੇ ਮੌਜੂਦ ਹੀ ਨਹੀਂ ਸੀ ਕੋਲੋਂ ਤੂੰ ਕਿਆ ਸਲਾਹੀਆਂ ਲਾਈ ਜਾਣਾ ਮੌਜੂਦ ਨਹੀਂ ਸੀ ਉੱਥੇ ਬਥੇਰੇ ਕਸ਼ਾ ਹੋਏ ਆ ਮੇਰੀ ਸ਼ਾਦੀ ਤੇ ਬਸ ਆ ਹੁਣ ਸ਼ਾਦੀਆਂ ਗੁਜ਼ਰ ਗੁਜ਼ਰ ਆਈ ਆ ਅੱਜ ਉਹ ਵੀ ਕਹਿਣ ਕਰ ਤੂੰ ਵਿਆਹ ਹੋ ਜਾਵੇ ਸਹੀ ਬਸ ਇਹ ਕੁੜੀਏ ਦੇ ਘਰ ਤੂੰ ਖੁਸ਼ ਆ ਬਹੁਤ ਜ਼ਿਆਦਾ ਹੋ ਗਈਆਂ ਤੇਲ ਮੈਦੀਆਂ ਹੋ ਗਈਆਂ ਮੈਂ ਕਹਿੰਦਾ ਕਿ ਤੇਰਾ ਇੰਤਜ਼ਾਰ ਸੀ ਪੁੱਤ ਜੀ ਤੇਰਾ ਇੰਤਜ਼ਾਰ ਕਰਨ ਦਾ ਜੰਜ ਨੇ ਆਣਾ ਕਦੋਂ ਜੰਜ ਨੇ ਜੰਜ ਆ ਰਹੀ ਹੈ ਤੇਰਾ ਇਸ ਜ਼ਰੂਰੀ ਐਲਾਨ ਸੁਣੇ ਚੌਰੀ ਬਲਾਵਲ ਕਮਾਏ ਲਾਹੀ ਨਾ ਫਰੋਟ ਹੋ ਗਿਆ ਹੈ ਔਰ ਪੂਰੇ ਪਿੰਡ ਦੇ ਐਲਾਨ ਕੀਤਾ ਜਾਂਦਾ ਹੈ ਕਿ ਕੋਈ ਵੀ ਬੰਦਾ ਪੂਰੇ ਪਿੰਡ 'ਚ ਕੋਈ ਗਾਣਾ ਨਹੀਂ ਸੁਣੇਗਾ ਕੋਈ ਢੋਲ ਨਹੀਂ ਵਜਾਏਗਾ ਕੋਈ ਖੁਸ਼ੀ ਨਹੀਂ ਹੋਏਗੀ ਜਿੰਨੇ ਦੇਰ ਤੱਕ ਚੌਰੀ ਸਾਹਿਬ ਦਾ ਜਨਾਜ਼ਾ ਨਹੀਂ ਹੋ ਜਾਂਦਾ ਤਾਂ ਕੋਈ ਨਹੀਂ ਹੋ ਜਾਂਦੇ ਪੂਰੇ ਪਿੰਡ 'ਤੇ ਪਾਬੰਦੀ ਹੈ ਚੱਲਦੇ ਕੰਮ ਚ ਵਾਧਾ ਘਾਟਾ ਹੋਇਆ।